ਦੋਸਤੋ ਅੱਜ ਤੁਹਾਡੇ ਰੂਬਰੂ ਅਸੀਂ ਕਰ ਰਹੇ ਹਾਂ ਐਡਮਿੰਟਨ ਮਿਲਵਰਟ ਸਟੌਨ ਮੈਂਬਰ ਪਾਰਲੀਮੈਂਟ ਟੈਮੋਪਲ ਹੁਣਾਂ ਨੂੰ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਸਹੂਲਤ ਵਾਸਤੇ ਗੱਲਬਾਤ ਕੀਤੀ ਹੈ ਉਪਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਾਡੇ ਟੀਵੀ ਉੱਪਰ ਸਾਡੇ ਦਰਸ਼ਕਾਂ ਵਾਸਤੇ ਪਲੀਜ਼ ਦੱਸੋ ਕਿ ਹੁਣ ਤੱਕ ਕੋਵਿਡ-19 ਜਿਹੜਾ ਇਸ ਵੇਲੇ ਚੱਲ ਰਿਹਾ ਆ ਉਹਦੇ ਵਿੱਚ ਜਿਹੜਾ ਕੁਝ ਫੈਡਰਲ ਸਰਕਾਰ ਕਰ ਰਹੀ ਹੈ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਤੇ ਜੇ ਤੁਹਾਡੀ ਪਾਰਟੀ ਹੁੰਦੀ ਕੀ ਕੁਝ ਵੱਖਰਾ ਕਰਦੇ ਵੈਰੀ ਗੁੱਡ ਥੈਂਕ ਯੂ ਜੀ ਸਾਤਸਰੀ ਕਾਦੀ ਐਂਡ ਥੈਂਕ ਯੂ ਫॉर हैविंग ਮੀ ਅਮ ਦੇਖੋ ਜੀ ਓਵਰਆਲ ਰਾਈਟ ਨਾਓ ਕੀ ਹੋ ਰਿਹਾ ਵੀ ਲੋਕ ਕਾਫੀ ਜ਼ਿਆਦਾ ਫਰਸਟ੍ਰੇਟਡ ਆ ਬਿਕਾਜ਼ ਐਸ ਵੇਲੇ ਜਿਵੇਂ ਆਪਾਂ ਦੇਖਦੇ ਆ ਵੀ ਕੰਟਰੀ ਦੇ ਵਿੱਚ ਲਾਕਡਾਊਨ ਫੇਰ ਹੋ ਚੁੱਕੇ and i think this is what third fourth maybe fifth lockdown ho gaye in, in some provinces they coffee frustration ho rahi hai and e ho reya because apne uh, ek ta chalo problem hai ki vaccines coffee late ho gaya um, canada countries hisab de naal je aap dekhde ha is number almost 60th sat country aap to agge hai vaccines loan de vich so o oh, coffee problem hai ha, je vaccines de program si o oh, coffee uh, delay ho gaya coffee fail ho gaya ਐਂਡ ਪਰਸੀ ਕੋਸ਼ਿਸ਼ ਕਰ ਰਹੇ ਹੈ ਗਵਰਨਮੈਂਟ ਨਾਲ ਵਰਕ ਕਰਕੇ ਵੀ ਇਸ ਸਰਪਰੋਗਰਾਮ ਜਲਦੀ ਤੋਂ ਜਲਦੀ ਠੀਕ ਹੋ ਜਵੇ ਜੇ ਤੇ ਵੀ ਕੈਨੇਡੀਅਨਸ ਦੇ ਵੀ ਵੈਕਸੀਨਸ ਲੱਗ ਜਾਣ ਜਿਵੇਂ ਦੂਜੀ ਕੰਟਰੀਸ ਦੇ ਵਿੱਚ ਲੱਗ ਰਹੀਆਂ ਪਲੱਸ ਫਿਰ ਹੋਰ ਚਾਹੀਦੇ ਸੀਗੇ ਰੈਪਿਡ ਟੈਸਟਿੰਗ ਦੇ ਲੋਰ ਸੀ ਜਿਹੜੇ ਟੈਸਟਿੰਗ ਹੋਵੇ ਉਹ ਹੋਵੇ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਸੋ ਜੇ ਲੈਟਸ ਸੀ ਤੁਸੀਂ ਕੋਈ ਫੈਕਟਰੀ ਦੇ ਵਿੱਚ ਕੰਮ ਕਰਦੇ ਆਂ ਹੋਰ ਕੰਟਰੀਸ ਵਿੱਚ ਅਮਰੀਕਾ ਦੇ ਵਿੱਚ ਯੂਰਪ ਦੇ ਵਿੱਚ ਕਾਫੀ ਚੈਰ ਤੋਂ ਹੁਣ ਉਹ ਵਰਤ ਰਿਆ ਰੈਪਿੰਗ ਰੈਪਿਡ ਟੈਸਟਿੰਗ ਵੀ ਤੁਸੀਂ ਐਵਰੀ ਡੇ ਟੈਸਟ ਕਰਵਾ ਸਕਦੇ ਆਂ ਕੰਮਤੇ ਜਾਣ ਤੋਂ ਪਹਿਲਾਂ ਟੈਸਟ ਕਰਵਾ ਲਓ ਰਾਈਟ ਵੇਸ ਨੂੰ ਰਿਜ਼ਲਟ ਆ ਜਾਂਦਾ ਪਤਾ ਲੱਗ ਜਾਂਦਾ ਵੀ ਜੇ ਕਿਸੇ ਦੇ ਉੱਪਰ ਕੋਵਿਡ ਦੀ ਪ੍ਰੋਬਲਮ ਹੈਗੀ ਹੈ ਉਹਨਾਂ ਨੂੰ ਤੁਸੀਂ ਆਈਸੋਲੇਟ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਹੱਲੇ ਵੀ ਉਹ ਟੈਕਨੋਲੋਜੀ ਨਹੀਂ ਲਿਆਂਦੀ ਗਈ ਸੋ ਥੀਸ ਆਰ ਸਮ ਪ੍ਰੋਬਲਮਸ ਵੀ ਜਿਹੜੇ ਆਪਾਂ ਨੂੰ ਸੋਲਵ ਕਰਨੇ ਚਾਹੀਦੇ ਆ ਗੁੱਡ ਟੂ ਸੀ ਵੀ ਇੰਡੀਵਿਜੂਅਲਸ ਦੀ ਹੈਲਪ ਕੀਤੀ ਗਈ ਹੈ ਵੀ ਸਪੋਰਟਡ ਥੈਟ ਐਸ ਹੀ ਹੌਸਪੀਟੈਲਸ ਵੀ ਦੀ ਹੈਲਪ ਵੀ ਸਪੋਰਟ ਵੀ ਕੀਤੀ ਹੈ ਬਿਜ਼ਨੈਸਸ ਵਾਸਤੇ ਵੀ ਸਪੋਰਟ ਆਈਆ ਐਂਡ ਸੋ ਉਹ ਜਿਹੜੀ ਸਪੋਰਟ ਹੈ ਵੀ ਵੀ ਲੁੱਕ ਫੋਰ ਮੋਰ ਆਫ ਥੈਟ ਸਪੋਰਟ ਕਜ਼ ਐਸ ਵੀਲੇ ਹੱ ਸਪੈਸ਼ਲੀ ਬਿਜ਼ਨੈਸਸ ਨੂੰ ਹੈਲਪ ਦੀ ਲੋੜ ਆ ਜਿਹੜੇ ਟੂਡੋ ਸਰਕਾਰ ਨੇ ਇਸ ਵੇਲੇ ਬਾਹਰੋਂ ਜਿਹੜੇ ਮੁਸਾਫਰ ਆ ਰਹੇ ਆ ਇੰਡੀਆ ਤੋਂ ਜਾਂ ਹੋਰ ਦੇਸ਼ਾਂ ਤੋਂ ਉਹਨਾਂ ਵਾਸਤੇ ਹੋਟਲ ਦੇ ਵਿੱਚ ਰਹਿਣ ਵਾਲਾ ਇੰਤਜ਼ਾਮ ਉਹ ਸਾਰੇ ਬਾਰੇ ਜਿਹੜਾ ਬੜੀਆਂ ਮੁਸ਼ਕਲਾਂ ਆ ਰਹੀਆਂ ਮੁਸਾਫਰਾਂ ਨੂੰ ਜਿਹੜੇ ਇੱਥੇ ਪਹੁੰਚਦੇ ਆ ਉਦੇਬਾਰੇ ਕੀ ਪ੍ਰਤੀਕਰਮ ਤੁਹਾਡਾ ਕੀ ਸੁਣ ਚਾਰਿਆ ਰੂਲਸ ਆਪਾਂ ਨੂੰ ਕੁਝ ਲਿਓਣੇ ਪਏ ਆ ਵੀ ਜਿਹੜੇ ਇੰਟਰਨੈਸ਼ਨਲ ਟਰੈਵਲਸ ਰਿਡਿਊਸ ਕਰਨ ਲਈ ਪਰ ਜੇ ਪ੍ਰੋਗਰਾਮ ਲੈਣਾ ਵਾ ਉਹ ਪ੍ਰੋਪਰਲੀ ਸਾਰਟ ਆਊਟ ਹੋਣਾ ਚਾਹੀਦਾ ਜਿੱਥੇ ਸਾਡੇ ਆਫਿਸ ਦੇ ਵਿੱਚ মিডিਆ ਦੇ ਵਿੱਚ ਕਿੰਨੀ ਇਹੋ ਜੀ ਸਟੋਰੀਜ਼ ਆ ਰਹੀਆਂ ਵੀ ਲੋਕ ਬਹੁਤ ਖਰਾਬ ਹੋ ਰਿਹਾ ਪਹਿਲਾਂ ਤਾਂ ਜਿਹੜੇ ਕੁਆਰੰਟਾਈਨ ਹੋਟਲਸ ਆ ਬੁੱਕ ਨਹੀਂ ਹੁੰਦੇ ਸੀ ਬੁੱਕ ਜੇ ਹੋ ਵੀ ਜਾਣ ਬਹੁਤ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਸਰਵਿਸਿਜ਼ ਬਹੁਤ ਥੋੜੇ ਆ ਪਲੱਸ ਆਫਟਰ इवन ਜੇ ਤੁਸੀਂ ਇੱਕ ਦਿਨ ਲਈ ਭਰਤਦੇ ਆ ਸਨੂਚਲ ਖਰਚਾ ਪੈ ਜਾਣਾ ਸਾਰੇ ਤਿੰਨ ਸਾਰੇ ਤਿੰਨ ਦਿਨਾਂ ਦਾ ਐਂਡ ਸੋ ਦਿਸ ਇਜ਼ ਅ ਰੀਅਲ ਪ੍ਰੋਬਲਮ ਤੇ ਮੇਰੇ ਸਾਹਦ ਨਾਲ ਇੰਨਾ ਜਿਆਦਾ ਇਹ ਮਿਸਮੈਨੇਜਮੈਂਟ ਹੋਇਆ ਹੋਇਆ ਵਾ ਵੀ ਜਿਹੜੇ ਇਹਨਾਂ ਦਾ ਗੋਲ ਆ ਉਹ ਵੀ ਨਹੀਂ ਅਚੀਵ ਹੋ ਰਿਹਾ ਤੇ ਐਕਚੁਅਲੀ ਅਸੀਂ ਹਾਊਸ ਆਫ ਕਾਮਨਸ ਇਹ ਵੀ ਪੁੱਛਿਆ ਸੀਗਾ ਕਮੇਟੀਜ਼ ਦੇ ਵਿੱਚ ਵੀ ਤੁਸੀਂ ਕੋਈ ਡਾਟਾ ਦੱਸੋ ਕੋਈ ਦੱਸੋ ਵੀ ਕੋਈ ਸਾਇੰਟਿਫਿਕ ਐਵਿਡੈਂਸ ਆ ਵੀ ਹੋਟਲ ਦੇ ਵਿੱਚ ਕਵਾਰਟਾਈਨ ਕਰਨ ਚ ਤੇ ਘਰੇ ਕਵਾਰਟਾਈਨ ਕਰਨ ਦੇ ਵਿੱਚ ਕੀ ਫਾਇਦਾ ਵਾ ਵੀ ਜੇ ਤੁਸੀਂ ਘਰੇ ਕਵਾਰਟਾਈਨ ਕਰਦੇ ਹੋ ਵੀ ਉਹ ਸੇਮ ਨਹੀਂਗਾ ਜੇ ਤੁਸੀਂ ਹੋਟਲ ਦੇ ਵਿੱਚ ਕਵਾਰਟਾਈਨ ਕਰਦੇ ਹੋ ਤੇ ਜੇ ਨਹੀਂ ਫਰਕ ਠੀਕ ਆ ਤੁਸੀਂ ਦੱਸ ਦਿਓ ਇਫ देयर ਇਸ ਅ ਡਿਫਰੈਂਸ ਜੇ ਕੋਈ ਬੈਟਰ ਆ ਤੁਸੀਂ ਡਾਟਾ ਦੱਸੋ ਵੀ ਆ ਡਾਟਾ ਵਾ ਉਹ ਜਿਹੜਾ ਇਹ ਡਾਟਾ ਵਾ ਉਹ ਵੀ ਨਹੀਂ ਦੇ ਸਕੇ ਸੋ ਇਹ ਵੀ ਆਸਕਿੰਗ ਵੀ ਕੋਈ ਡਾਟਾ ਡਰਾਈਵਨ ਪਲਾਨ ਹੋਣੀ ਚਾਹੀਦੀ ਆ ਹੋਰ ਕੰਟਰੀਜ਼ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਯੂਕੇ ਦੇ ਵਿੱਚ ਉਹਨਾਂ ਨੇ ਬੋਥ ਕਲੀਅਰਲੀ ਪਬਲਿਕਲੀ ਵੈਬਸਾਈਟਾਂ ਤੇ ਪਬਲਿਸ਼ ਕਰ ਦਿੱਤਾ ਵੀ ਆਪ ਲੈਣ ਆ ਵੀ ਜੇ ਤੁਸੀਂ ਆਪਾ ਇੰਨੀ ਸਟੇਜ ਤੇ ਪਹੁੰਚ ਗਏ ਫਿਰ ਇੰਨੀ ਫਰੀडम ਹੋ ਜੂ ਆ ਸਟੇਜ ਤੇ ਪਹੁੰਚ ਗਏ ਤੁਸੀਂ ਆ ਕਸ਼ ਕਰ ਸਕਦੇ ਆ ਕੈਨੇਡਾ ਦੇ ਵਿੱਚ ਹੱਲੇ ਵੀ ਕੋਈ ਸਾਇੰਟਿਫਿਕ ਡਾਇਰੈਕਟਡ ਰਿਵਨ ਪਲਾਨ ਨਹੀਂ ਮਿਲੇ ਤੁਸੀਂ ਟੈਕਸ ਸੀਜ਼ਨ ਦੇ ਵਿੱਚ ਇੱਕ ਟੈਕਸ ਗਾਈਡ ਜਿਹੜੀ ਆ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਘਰੋ ਘਰੀ ਪਹੁੰਚਾਈ ਆ ਬਿਜ਼ਨਸ ਵਾਲਿਆਂ ਨੂੰ ਵੀ ਸਾਡੇ ਦਫਤਰ ਵੀ ਪਹੁੰਚੀ ਆ ਗਿਵਸ ਯੂ ਅ ਜਨਰਲ ਆਈਡੀਆ ਸਾਰੇ ਕੱਲੇ ਕੱਲੇ ਆ ਆਈਟਮਸ ਦਾ ਨਹੀਂ ਕਿ ਇੱਕ ਟੈਕਸ ਕਰਦੇ ਪਰ ਦ ਜਨਰਲ ਵਾਂਸ ਵਿਚ ਇਟ ਇਜ਼ ਮੋਸਟ ਲੋਕ ਆਪਣੇ ਵਰਤ ਸਕਦੇ ਨੇ ਉਨਾ ਵਾਸਤੇ ਦਿੱਤਾ ਗਿਆ ਵੀ ਸਨ ਗਿਵ ਯੂ ਗਟ ਗੁੱਡ ਆਈਡੀਆ ਵੀ ਤੁਸੀਂ ਕਿਹੜੇ ਕਿਹੜੇ ਚੀਜ਼ਾਂ ਤੇ ਕਲੇਮ ਕਰ ਸਕਦੇ ਆ ਬਿਕਾਜ਼ ਇਹ ਜਿਹੜਾ ਟੈਕਸ ਆ ਉਲਟ ਸੇ ਵੀ ਛੋਟੇ ਹੀ ਪੈਸੇ ਆ ਆਪਣੇ ਯੂ نو ਇਟਸ ਯੋਰ ਹਾਰਡ ਅਰਨਡ ਮਨੀ ਜਿਹੜਾ ਗਵਰਨਮੈਂਟ ਨੂੰ ਗਿਆ ਹੋਇਆ ਤੇ ਉਹਦੇ ਵਿੱਚ ਜੇ ਕੋਈ ਟੈਕਸ ਬਚ ਸਕਦਾ ਸਾਨੂੰ ਕ੍ਰੈਡਿਟ ਮਿਲ ਸਕਦਾ ਸਾਨੂੰ ਮਿਲਣਾ ਚਾਹੀਦਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਤੁਹਾਡਾ ਟੈਕਸ ਬਚੇ ਅਸੀਂ ਤਾਂ ਇਹ ਵੀ ਕਹਿੰਦੇ ਹਾਂ ਵੀ ਜੇ ਵੀਰਨ ਗਵਰਨਮੈਂਟ ਇਤੋਂ ਵੀ ਜ਼ਿਆਦਾ ਟੈਕਸ ਕਟਾਉਣਾ ਚਾਹੀਦਾ ਵੀ ਵੀ ਸ਼ੁੱਡ ਹੈਵ ਅ ਸਿਸਟਮ ਵੀ ਜਿੱਥੇ ਸਭ ਤੋਂ ਘੱਟ ਟੈਕਸ ਹੋਣਾ ਚਾਹੀਦਾ ਵੀ ਸੋਡੇ ਪੈਸੇ ਬਚਦੇ ਆ ਤੁਸੀਂ ਪੈਸੇ ਆਪ ਰੱਖੋਗੇ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਕਿੱਥੇ ਖਰਚਾ ਕਰੋਗੇ ਐਂਡ ਆਲਸੋ ਬਿਜ਼ਨੈਸਸ ਦੇ ਵੀ ਜੇ ਆਪ ਟੈਕਸ ਘਟਾਵਾਂਗੇ ਬਿਜ਼ਨਸ ਵਾਲੇ ਵੀ ਟੈਕਸ ਘਟਾ ਕੇ ਆਪ ਦਾ ਬਿਜ਼ਨਸ ਵਧਾ ਸਕਦੇ ਆ ਬਿਜ਼ਨਸ ਵਧਾ ਸਕਦੇ ਆ ਤੇ ਉਹਦੇ ਨਾਲ EMPLOYEES ਵੀ ਹੋਰ ਹਾਇਰ ਕਰ ਸਕਦੇ ਆ ਜਿਹੜਾ ਬਜਟ ਇਸ ਵੇਲੇ ਕੋਵਿਡ ਦੇ ਦੌਰਾਨ ਖਾਸ ਕਰਕੇ ਉਹਨਾਂ ਦਾ ਹੋ ਰਿਹਾ ਉਹਦੇ ਬਾਰੇ ਤੁਹਾਡੀ ਪਾਰਟੀ ਦੇ ਤੇ ਤੁਹਾਡੇ ਕੀ ਪ੍ਰਤੀਕਰਮ ਆ ਪਹਿਲਾ ਬਜਟ 2 ਸਾਲਾਂ ਤੋਂ ਬਾਅਦ ਅਮ ਬਜਟ ਆ ਰਿਹਾ ਵਾ ਮੈਨ ਲੱਗਦਾ ਕੈਨੇਡੀਅਨ ਹਿਸਟਰੀ ਰੈਕੋਰਡ ਬ੍ਰੇਕ ਕੀਤਾ ਗਿਆ ਵੀ ਇੰਨਾ ਚਿਰ ਬਜਟ ਨਹੀਂ ਆਇਆ ਬਿਜ਼ਨੈਸਸ ਵਾਸਤੇ ਸਪੈਸ਼ਲੀ ਸਮਾਲ ਬਿਜ਼ਨੈਸਸ ਲਈ ਇੰਡੀਵਿਜੂਸਲੀ ਹੋਰਸਪਟ ਹੋਵੇ ਤੇ ਉਹਦੇ ਵਿੱਚ ਪਲਾਨ ਹੋਣਾ ਚਾਹੀਦਾ ਵੀ ਆਪਾਂ ਐਜ਼ ਅ ਕੋਵਿਡ ਵਾਸਤੇ ਔਨ ਇਕਨੋਮਿਕ ਸਕੇਲ ਵੀ ਇਕਨੋਮਿਕਸ ਹੌ ਦੇ ਨਾਲ ਵੀ ਆਪਾਂ ਇਸ ਕੋਵਿਡ ਦੇ ਵਿੱਚ ਕਿਦਵੇਂ ਨਿਕਲ ਸਕਦੇ ਆਂ ਤੇ ਅੱਗੇ ਜਾ ਕੇ ਕਿਵੇਂ ਆਪਾਂ ਜੌਬਸ ਕਿਵੇਂ ਬਣਾ ਸਕਦੇ ਆਂ ਬਿਕਾਜ਼ ਵੀ ਨੀਡ ਟੂ ਫਿਗਰ ਆਊਟ ਹੈਲਥ ਸਿਚੁਏਸ਼ਨਸ ਨੂੰ ਵੀ ਸਪੋਰਟ ਕਰਨੇ ਪਰ ਆਲਸੋ ਇਕਨੋਮਿਕ ਸਿਚੁਏਸ਼ਨਸ ਨੂੰ ਵੀ ਅਪ ਇੰਪਰੂਵ ਕਰੀਏ ਐਂਡ ਹੋਪ ਦੇਖਦੇ ਹਾਂ ਵੀ ਰეკર્ડ ਅਮਾਉਂਟ ਆਫ ਡੈਟ ਹੋ ਗਿਆ ਦ ਡੈਫਿਸਟ ਇਜ਼ ਐਟ ਅ ਰეკર્ડ ਅਮਾਉਂਟ ਪਰ ਉਹ ਉਸ ਦੇ ਵਿੱਚ ਵੀ ਉਹ ਕੋਈ ਪਲਾਨ ਹੋਣੀ ਚਾਹੀਦੀ ਹੈ ਵੀ ਜਿਹੜੇ ਡੈਫਿਸਟ ਆਪਾਂ ਕਿਵੇਂ ਘਟਾਉਣਾ ਹੈ ਵਾ ਕਿਦੋਂ ਆਪਾਂ ਇਹਨੂੰ ਰਿਡਿਊਸ ਕਰਨ ਦਾ ਕੀ ਪਲਾਨ ਆ ਕੋਈ ਹੋ ਸਕਦਾ 10 ਸਾਲਾਂ ਤੱਕ 15 ਸਾਲਾਂ ਤੱਕ ਵੀ ਉਹਨਾਂ ਨੂੰ ਕਲੀਅਰਲੀ ਦੱਸਣਾ ਚਾਹੀਦਾ ਵੀ ਕੀ ਪਲਾਨ ਆ ਐਟ ਦੀ ਐਂਡ ਇਜ਼ ਥਰ ਇਨੀ ਮੈਸੇਜ ਥੈਟ ਯੂ ਵੁਡ ਵਾਂਟ ਟੂ ਕਨਵੇ ਟੂ ਯੋਰ ਕੰਸਟੀਟੂਐਂਟਸ ਮੈਂ ਮਤਾਂ ਇਹੀ ਕਹੂੰਗਾ ਵੀ ਥੈਟ ਯੂ ਨੋ ਡੂਰਿੰਗ ਥਿਸ ਪੈਂਡੈਮਿਕ ਟਾਈਮ ਫੇਅਰ ਵੀ ਪਲੀਜ਼ ਟੇਕ ਇਟ ਸੀਰੀਅਸਲੀ ਕੰਟੀਨਿਊ ਟੂ ਫਾਲੋ ਜਿਹਨੇ ਵੀ ਜੋ ਵੀ ਤੁਸੀਂ ਪ੍ਰੋਵਿੰਸ ਵਿੱਚ ਰਹਿੰਦੇ ਆ ਸਪੈਸ਼ਲੀ ਹਿਅਰ ਇਨ ਅਲਬਰਟਾ so we're getting to the point where more and more people um, vaccinate ho and we're about to get uh, past this pandemic time. we as individuals, we zappavi Mel hopefully that, that will increase um, and uh, businesses will start to open up and uh, hopefully soon enough life will get back to normal. and although zappavi me then we could uh, meet in person again. so it's just more, um, you know, hope for, hope for the best and hope everybody, uh, wish everybody good health. ਵਤਨ ਟੀਵੀ ਦੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਆਪਣੇ ਵਿਚਾਰ ਰੱਖਣ ਵਾਸਤੇ ਉਪਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚੀ ਸਤਿ ਸ਼੍ਰੀ ਅਕਾਲ